ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਦੌਲਤਪੁਰ ਨੂੰ ਬਬਰਾਂ ਦੇ ਪਿੰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਨੇ ਵਤਨ ਦੀ ਇੱਜ਼ਤ ਤੇ ਆਬਰੂ ਲਈ ਮਰ ਮਿਟਣ ਵਾਲੇ 55 ਯੋਧੇ ਪੈਦਾ ਕੀਤੇ ਹਨ। ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਆਜ਼ਾਦ ਹਿੰਦ ਫੌਜ ਵਿੱਚ ਰਹਿ ਕੇ ਮੌਤ ਨੂੰ ਮੁਖੌਲਾ ਕਰਨ ਵਾਲਾ ਅਤੇ ਜ਼ਿੰਦਾ ਸ਼ਹੀਦ ਕਰਾਰ ਦਿੱਤਾ ਗਿਆ ਕਮਾਂਡੈਂਟ ਬਚਨ ਸਿੰਘ ਥਾਂਦੀ ਵੀ ਇਸੇ ਧਰਤੀ ਦਾ ਸਪੂਤ ਸੀ। ਬਬਰਾਂ ਦੀ ਮੋਰਲੀ ਕਤਾਰ ਵਿੱਚ ਆਪਣਾ ਨਾਂ ਪੈਦਾ ਕਰਨ ਵਾਲਾ ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰੀ ਵੀ ਇੱਥੋਂ ਦੀ ਜਰਖੇਜ਼ ਮਿੱਟੀ ਨੇ ਪੈਦਾ ਕੀਤਾ। ਜਿਨ੍ਹਾਂ ਮਹਾਨ ਯੋਧਿਆਂ ਦੀ ਸ਼ਹਾਦਤ ਦੀ ਬਦੌਲਤ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ, ਉਹਨਾਂ ਦੇ ਮਹਾਨ ਕਾਰਜਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਦੌਲਤਪੁਰ ਵੱਲੋਂ ਬਬੇਲੀ ਸਾਕੇ ਦੇ ਸ਼ਹੀਦਾਂ ਬੱਬਰ ਕਰਮ ਸਿੰਘ ਐਡੀਟਰ, ਬੱਬਰ ਕਿਸ਼ਨ ਸਿੰਘ ਮਾਂਗਟ, ਬੱਬਰ ਮੋਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ ਵਾਲੇ ਅਤੇ ਬੱਬਰ ਉਦੇ ਸਿੰਘ ਰਾਮਗੜ੍ਹ ਚੁੰਗੀਆਂ ਦੀ ਯਾਦ ਵਿੱਚ ਬਾਨਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਕਮਾਂਡੈਂਟ ਬਚਨ ਸਿੰਘ ਥਾਂਦੀ ਦੀ ਉਸਾਰੂ ਸੋਚ ਅਤੇ ਬੱਬਰਾਂ ਦੇ ਸੰਘਰਸ਼ ਨੂੰ ਪਿੰਡ ਦੇ ਹੰਡਾਇਆ ਹੋਣ ਸਦਕਾ ਸਥਾਪਿਤ ਕੀਤੇ ਗਏ ਟਰੱਸਟ ਵੱਲੋਂ ਸ਼ਹੀਦ ਬੱਬਰਾਂ ਦੀ ਯਾਦ ਵਿੱਚ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਕਮਰੇ ਦਾ ਨਾਂ ਕਿਸੇ ਨਾ ਕਿਸੇ ਸ਼ਹੀਦ ਬੱਬਰ ਦੇ ਨਾਂ ਤੇ ਰੱਖਿਆ ਗਿਆ ਹੈ। 600 ਵਿਦਿਆਰਥੀਆਂ ਦੀ ਗਿਣਤੀ ਪਾਰ ਕਰ ਚੁੱਕੇ ਇਸ ਸਕੂਲ ਦੇ ਕਿਸੇ ਵੀ ਵਿਦਿਆਰਥੀ ਤੋਂ ਬੱਬਰਾਂ ਦੇ ਜੀਵਨ ਦੀ ਸੰਖੇਪ ਜਾਣਕਾਰੀ ਜ਼ੁਬਾਨੀ ਲਈ ਜਾ ਸਕਦੀ ਹੈ, ਜਿਸ ਲਈ ਟਰੱਸਟ ਮੈਂਬਰਾਂ ਦੇ ਨਾਲ ਨਾਲ ਪ੍ਰਿੰਸੀਪਲ ਸੁਖਵੀਰ ਸਿੰਘ ਅਤੇ 30 ਦੇ ਲਗਭਗ ਮਿਹਨਤੀ ਅਧਿਆਪਕ ਵਧਾਈ ਦੇ ਪਾਤਰ ਹਨ, ਜੋ ਆਪਣੇ ਵਿਰਸੇ ਨਾਲ ਜੁੜਨ ਲਈ ਇਹਨਾਂ ਵਿਦਿਆਰਥੀਆਂ ਨੂੰ ਪੂਰਾ ਸਾਲ ਹੱਡ ਭੰਨਵੀ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ। ਟਰੱਸਟ ਵੱਲੋਂ ਬੱਬਰਾਂ ਨੂੰ ਸਮਰਪਿਤ ਸਕੂਲ ਵਿੱਚ ਪਹੁੰਚਣ ਵਾਲਾ ਹਰ ਸ਼ਖਸ ਪਹਿਲਾਂ ਬੱਬਰ ਕਰਮ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੁੰਦਾ ਹੈ ਅਤੇ ਫਿਰ ਮਿਨਾਰੇ ਸ਼ਹੀਦ ਅੱਗੇ ਸ਼ਰਧਾ ਸੁਮਨ ਪੇਂਟ ਕਰਕੇ ਬੱਬਰਾਂ ਦੀਆਂ ਲਾਸਾਨੀ ਕੁਰਬਾਨੀਆਂ ਅੱਗੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਦਾ ਹੈ। ਇੱਥੇ ਬੱਬਰਾਂ ਦੀ ਭਗਤੀ ਅਤੇ ਸ਼ਕਤੀ ਦਾ ਕੇਂਦਰ ਪੋਰਾ ਸਾਹਿਬ ਸਥਿਤ ਹੈ, ਜਿੱਥੇ ਬੱਬਰਾਂ ਵੱਲੋਂ ਅੰਗਰੇਜ਼ੀ ਹਕੂਮਤ ਦੇ ਖਿਲਾਫ ਉਡਾਰੂ ਪ੍ਰੈਸ ਰਾਹੀਂ ਬੱਬਰ ਅਕਾਲੀ ਦੁਆਬਾ ਅਖਬਾਰ ਕੱਢਿਆ ਜਾਂਦਾ ਸੀ ਅਤੇ ਅਸਲਾ ਬਣਾਉਣ ਦਾ ਗੁਪਤ ਕਾਰਖਾਨਾ ਸਥਾਪਿਤ ਕੀਤਾ ਗਿਆ ਸੀ। ਅੱਜ ਇੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਰਿਆਦਾ ਅਨੁਸਾਰ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਹੈ। ਜਿਸ ਖੂਹ ਤੋਂ ਬੱਬਰ ਪਾਣੀ ਦੀ ਵਰਤੋਂ ਕਰਦੇ ਸਨ, ਟਰੱਸਟ ਨੇ ਉਸ ਨੂੰ ਵੀ ਸਾਂਭਿਆ ਹੋਇਆ ਹੈ। ਸਮਾਗਮ ਦੇ ਪਹਿਲੇ ਦਿਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠਾਂ ਦੀ ਆਰੰਭਤਾ ਪੂਰਨ ਗੁਰੂ ਮਰਿਆਦਾ ਅਨੁਸਾਰ ਕੀਤੀ ਗਈ। ਇਸ ਸਮੇਂ ਪ੍ਰਬੰਧਕਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਵਿਦਿਆਰਥੀ ਹਾਜ਼ਰ ਸਨ। ਇਸੇ ਦਿਨ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਸੁਸ਼ੋਭਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ 5 ਪਿਆਰਿਆਂ ਅਤੇ 5 ਸ਼ਾਂਚੀਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਆਰੰਭਤਾ ਹੋਈ। ਬੈਂਡ ਬਾਜਿਆਂ ਦੀ ਮਧੁਰ ਧੁਨਾ ਅਤੇ ਇਲਾਹੀ ਬਾਣੀ ਦੇ ਮਾਹੌਲ ਵਿੱਚ ਰੰਗੇ ਇਸ ਨਗਰ ਕੀਰਤਨ ਦਾ ਲੰਬਾ ਕਾਫਿਲਾ ਪਿੰਡ ਦੌਲਤਪੁਰ ਦੇ ਬੱਬਰ ਅਕਾਲੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਤੋਂ ਚੱਲ ਕੇ ਪਿੰਡ ਦੇ ਵੱਖ ਵੱਖ ਮੁਹੱਲਿਆਂ ਚੋਂ ਲੰਘਦਾ ਅਤੇ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਵਾਪਸ ਸ਼ਹੀਦੀ ਯਾਦਗਾਰ ਤੇ ਪਹੁੰਚ ਕੇ ਸਮਾਪਤ ਹੋਇਆ। ਰਸਤੇ ਵਿੱਚ ਸ਼ਰਧਾਲੂਆਂ ਨੇ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਉਸ ਅਕਾਲ ਪੁਰਖ ਅੱਗੇ ਸਰਬੱਤ ਦਾ ਭਲਾ ਮੰਗਿਆ। ਗੁਰਦੁਆਰਾ ਰਵਿਦਾਸ ਜੀ ਮਹਾਰਾਜ ਵਿਖੇ ਪਹਿਲਾ ਪੜਾਅ ਹੋਇਆ, ਜਿੱਥੇ ਸਮੁੱਚੀ ਸੰਗਤ ਨੇ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਵਿੱਚ ਟਾਡੀ ਬੂਟਾ ਸਿੰਘ ਔਜਲਾ ਦੇ ਜਥੇ ਵੱਲੋਂ ਵੀਰ ਅਸੀਂ ਵਾਰਾਂ ਰਾਹੀਂ ਬੱਬਰਾਂ ਦੇ ਸ਼ਾਨਾਮਤੀ ਇਤਿਹਾਸ ਨੂੰ ਪੇਸ਼ ਕੀਤਾ ਗਿਆ। ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਕੇਲਿਆਂ ਦਾ ਪ੍ਰਸ਼ਾਦ ਵੰਡਿਆ ਗਿਆ, ਉੱਥੇ 5 ਪਿਆਰਿਆਂ ਅਤੇ 5 ਨਿਸ਼ਾਨਚੀਆਂ ਨੂੰ ਸਿਰੋਪਾਉ ਪੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਤਰਸੇਮ ਸਿੰਘ ਅਤੇ ਕਮੇਟੀ ਵੱਲੋਂ ਸ਼੍ਰੀ ਗਿਆਨ ਚੰਦ ਜੀ ਨੇ ਸਮੂਹ ਟਰੱਸਟੀਆਂ ਦਾ ਨਗਰ ਕੀਰਤਨ ਸਜਾਉਣ ਲਈ ਧੰਨਵਾਦ ਕੀਤਾ। ਨਗਰ ਕੀਰਤਨ ਦੇ ਚਲਦਿਆਂ ਜਿੱਥੇ ਸੇਵਾਦਾਰਾਂ ਵੱਲੋਂ ਪਾਣੀ ਅਤੇ ਰਸਤੇ ਦੀ ਸਫਾਈ ਦੀ ਸੇਵਾ ਕੀਤੀ ਗਈ, ਉੱਥੇ ਜੁਝਾਰੂ ਨੌਜਵਾਨਾਂ ਵੱਲੋਂ ਸੰਗਤਾਂ ਲਈ ਚਾਹ ਪਾਣੀ ਦੀ ਸੇਵਾ ਵੀ ਸਲਾਹਣਾ ਯੋਗ ਸੀ। ਗੁਰਦੁਆਰਾ ਪਾਛਵੀਂ ਛੇਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਪਹੁੰਚਣ ਤੇ ਟਾਡੀ ਜਥੇ ਵੱਲੋਂ ਬੱਬਰਾਂ ਦੇ ਇਤਿਹਾਸ ਸੰਬੰਧੀ ਵਾਰਾਂ ਪੇਸ਼ ਕੀਤੀਆਂ ਗਈਆਂ, ਜਿਸ ਨੂੰ ਇਲਾਕੇ ਭਰ ਤੋਂ ਪਹੁੰਚੀ ਸੰਗਤ ਨੇ ਸਰਵਣ ਕੀਤਾ। ਸੰਗਤ ਨੂੰ ਠੰਡੇ ਮਿੱਠੇ ਜਲ ਦੀ ਸੇਵਾ ਦੇ ਨਾਲ ਨਾਲ ਕੇਲਿਆਂ ਦੇ ਪ੍ਰਸ਼ਾਦ ਵੀ ਵੰਡਿਆ ਗਿਆ। ਸਮਾਗਮ ਦੇ ਦੂਸਰੇ ਦਿਨ ਸਿੱਖੀ ਨੂੰ ਨਵੀਂ ਪੀੜ੍ਹੀ ਵਿੱਚ ਪਰਿਪੱਕ ਕਰਨ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਬੱਬਰਾਂ ਦੀਆਂ ਸ਼ਹਾਦਤਾਂ ਸੰਬੰਧੀ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ ਪ੍ਰਤੀਯੋਗਿਤਾ ਵਿੱਚ ਭਾਗ ਲਿਆ ਗਿਆ। ਵਿਦਿਆਰਥੀਆਂ ਦੇ ਜੂਨੀਅਰ ਅਤੇ ਸੀਨੀਅਰ ਵਰਗ ਅਨੁਸਾਰ ਜਸਮੀਨ ਕੌਰ, ਕੋਮਲਪ੍ਰੀਤ ਕੌਰ, ਈਸ਼ਾ, ਗੁਰਪ੍ਰਿਆ, ਕੋਮਲ ਗੰਗੜ, ਰਵਨੀਤ ਕੌਰ ਦੇ ਨਾਲ ਨਾਲ ਪਰਮਪ੍ਰੀਤ ਕੌਰ, ਰੂਬਲ, ਰਮਣੀਕ, ਕਿਰਨਜੀਤ ਕੌਰ, ਲੀਜ਼ਾ ਤੀਰ, ਉਪਿੰਦਰ ਕੌਰ, ਸਿਮਰਨਜੀਤ ਕੌਰ, ਨਵਦੀਪ ਕੌਰ, ਆਸ਼ਾ ਅਤੇ ਸਤਵਿੰਦਰ ਕੌਰ ਨੇ ਭਾਸ਼ਣ ਮੁਕਾਬਲਿਆਂ ਦੌਰਾਨ ਆਪਣੀ ਕਲਾ ਦਾ ਖੁੱਲ ਕੇ ਮੁਜ਼ਾਹਰਾ ਕੀਤਾ। ਧਾਰਮਿਕ ਆਜ਼ਾਦੀ ਲਈ ਬੱਬਰਾਂ ਨੇ ਸ਼ਹਾਦਤ ਦੀ ਪਾਲਿਸੀ ਨੂੰ ਅਪਣਾਇਆ।
ਸ਼ਬਦ ਕੀਰਤਨ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਸ਼ਹੀਦ ਬੱਬਰ ਕਰਮ ਸਿੰਘ ਮੈਮੋਰੀਅਲ ਸੈਕੰਡਰੀ ਸਕੂਲ ਦੌਲਤਪੁਰ ਦੇ ਪ੍ਰਤੀਯੋਗੀਆਂ ਦੇ ਨਾਲ ਨਾਲ ਇਲਾਕੇ ਦੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ। ਰੁਪਿੰਦਰ ਕੌਰ, ਗੁਰਿੰਦਰ ਸਿੰਘ, ਗੁਰਸ਼ਾਨ ਸਿੰਘ, ਗੁਰਲੀਨ ਸਿੰਘ, ਜ਼ੋਰਾਵਰ ਸਿੰਘ, ਕਿਰਨਜੀਤ ਕੌਰ, ਕਿਰਨਜੋਤ ਕੌਰ, ਜਸਕਰਨ ਸਿੰਘ, ਜਸਲੀਨ ਕੌਰ, ਗਗਨਦੀਪ ਕੌਰ ਅਤੇ ਨੀਤੂ ਸਮੇਤ ਉਹਨਾਂ ਦੇ ਸਾਥੀਆਂ ਵੱਲੋਂ ਸ਼ਬਦ ਕੀਰਤਨ ਮੁਕਾਬਲਿਆਂ ਵਿਚ ਭਾਗ ਲਿਆ ਗਿਆ। ਪ੍ਰਤੀਯੋਗੀਆਂ ਨੂੰ ਸਹੀ ਇਨਸਾਫ ਦਿਵਾਉਣ ਲਈ ਜੱਜ ਸਾਹਿਬਾਨ ਦੀ ਅਹਿਮ ਭੂਮਿਕਾ ਸਰਦਾਰ ਮੋਹਨ ਸਿੰਘ ਪਨੇਸਰ, ਸਰਦਾਰ ਸੁਖਵੀਰ ਸਿੰਘ ਅਤੇ ਗਿਆਨੀ ਗਗਨਦੀਪ ਸਿੰਘ ਵੱਲੋਂ ਨਿਭਾਈ ਗਈ। ਇਹਨਾਂ ਮੁਕਾਬਲਿਆਂ ਦੀ ਤਿਆਰੀ ਵਿਚ ਸਕੂਲ ਅਧਿਆਪਕਾਂ ਦਾ ਅਹਿਮ ਯੋਗਦਾਨ ਰਿਹਾ। ਬੱਚਿਆਂ ਵਿਚ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ, ਜੋ ਕਿ ਬਹੁਤ ਹੀ ਰੋਚਕ ਨਜ਼ਰ ਆਏ। ਜੇਤੂ ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਟੁਕਮਾ ਮਾਨ ਸਨਮਾਨ ਅਤੇ ਜੱਜ ਸਾਹਿਬਾਨ ਵੱਲੋਂ ਜ਼ਿੰਦਗੀ ਲਈ ਸਹੀ ਮਾਰਗ ਦਰਸ਼ਨ ਪ੍ਰਦਾਨ ਕੀਤਾ ਗਿਆ, ਜਿਸ ਲਈ ਗੁਰਪ੍ਰੀਤ ਸਿੰਘ ਕੰਗੜਾ, ਤਨਵੀਰ ਸਿੰਘ ਬੜਵਾ ਅਤੇ ਗਗਨਦੀਪ ਸਿੰਘ ਕੰਗੜਾ ਵਧਾਈ ਦੇ ਪਾਤਰ ਹਨ। ਬੱਚਿਆਂ ਵਿਚ ਗਿਆਨ ਪ੍ਰਤੀ ਜਗਿਆਸਾ ਪੈਦਾ ਕਰਨ ਲਈ ਬੁੱਧੀ ਪਰਖ ਮੁਕਾਬਲੇ ਵੀ ਕਰਵਾਏ ਗਏ। 4 ਟੀਮਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੋਂ ਮੈਡਮ ਸੁਮਨਜੀਤ ਕੌਰ ਵੱਲੋਂ ਸਵਾਲ ਪੁੱਛੇ ਗਏ ਅਤੇ ਅੰਕ ਪ੍ਰਾਪਤ ਕਰਨ ਦਾ ਲੇਖਾ ਜੋਖਾ ਮੈਡਮ ਪਰਵੇਸ਼ ਰਾਣੀ ਅਤੇ ਹਰਦੀਪ ਕੌਰ ਵੱਲੋਂ ਰੱਖਿਆ ਗਿਆ। ਟੀਮ ਸੀ ਨੇ ਪਹਿਲਾ ਅਤੇ ਟੀਮ ਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੋਰਿਆਂ ਦੇ ਜ਼ੁਲਮ ਦੀ ਦਾਸਤਾਂ ਅਤੇ ਬੱਬਰਾਂ ਵੱਲੋਂ ਮੌਤ ਨੂੰ ਮਖੌਲਾਂ ਕਰਨ ਦੇ ਦ੍ਰਿਸ਼ ਨੂੰ ਬਾਲ ਕਲਾਕਾਰਾਂ ਵੱਲੋਂ ਬਿਹਤਰੀਨ ਤਰੀਕੇ ਨਾਲ ਪੇਸ਼ ਕੀਤਾ ਗਿਆ। ਭਰੂਣ ਹੱਤਿਆ ਖਿਲਾਫ ਪੇਸ਼ ਕੋਰੀਓਗ੍ਰਾਫੀ ਹਰ ਇੱਕ ਦੇ ਦਿਲ ਨੂੰ ਟੁੱਬਣ ਵਿਚ ਕਾਮਯਾਬ ਰਹੀ। ਜੇਤੂ ਅਤੇ ਉਪ ਜੇਤੂ ਬੱਚਿਆਂ, ਜੱਜ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣਾਂ ਦਾ ਪ੍ਰਬੰਧਕਾਂ ਵੱਲੋਂ ਇਨਾਮ, ਯਾਦਗਾਰੀ ਚਿੰਨ ਅਤੇ ਸਿਰੋਪਾਓ ਦੇ ਕੇ ਮਾਨ ਸਨਮਾਨ ਕੀਤਾ ਗਿਆ। ਦੂਸਰੇ ਦਿਨ ਦਾ ਮੰਚ ਸੰਚਾਲਨ ਸਰਦਾਰ ਓਂਕਾਰ ਸਿੰਘ ਜੀ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ ਗਿਆ। ਬੱਬਰ ਕਰਮ ਸਿੰਘ, ਬੱਬਰ ਕਿਸ਼ਨ ਸਿੰਘ ਮਾਂਗਟ, ਬੱਬਰ ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ ਅਤੇ ਬੱਬਰ ਉਦੇ ਸਿੰਘ ਰਾਮਗੜ੍ਹ ਚੁੰਗੀਆਂ ਦੀਆਂ ਕੁਰਬਾਨੀਆਂ ਨੂੰ ਸਦੀਵੀ ਯਾਦ ਬਣਾਉਣ ਦੇ ਉਪਰਾਲੇ ਵਜੋਂ ਹੋਏ ਸ਼ਹੀਦੀ ਸਮਾਗਮ ਤੋਂ ਪਹਿਲਾਂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਬੱਬਰਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਜਦਾ ਕਰਨ ਪਹੁੰਚੇ ਹਰ ਮਾਈ ਭਾਈ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਦਾ ਸੁਭਾਗ ਵੀ ਪ੍ਰਾਪਤ ਕੀਤਾ। ਭਾਈ ਹਰਦੀਪ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਹਰਵਿੰਦਰ ਸਿੰਘ ਖੁਸ਼ਦਿਲ ਦੇ ਪੰਥਕ ਢਾਡੀ ਨੇ ਬੱਬਰਾਂ ਦੀਆਂ ਅਥਾਹ ਕੁਰਬਾਨੀਆਂ ਨੂੰ ਗਰਮਜੋਸ਼ੀ ਨਾਲ ਵੀਰ ਰਸ ਰਾਹੀਂ ਪੇਸ਼ ਕੀਤਾ। ਸਰਬੰਸ ਦਾਨੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਦਰਸਾਉਂਦੀ ਹੋਈ ਬੱਚਿਆਂ ਵੱਲੋਂ ਪੇਸ਼ ਕੀਤੀ ਕੋਰੀਓਗ੍ਰਾਫੀ ਸਲਾਹਣਾ ਯੋਗ ਸੀ। ਸਕੂਲ ਵਿਚ ਵੱਖ ਵੱਖ ਬੱਬਰਾਂ ਦੇ ਜੀਵਨ ਇਤਿਹਾਸ ਨੂੰ ਲਿਖਤੀ ਰੂਪ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਡਮੁੱਲੇ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ। ਸਕੂਲ ਦੀ ਵਿਲੱਖਣਤਾ ਇਸ ਗੱਲ ਵਿਚ ਵੀ ਹੈ ਕਿ ਹਰ ਕਮਰੇ ਦਾ ਨਾਂ ਕਿਸੇ ਸ਼ਹੀਦ ਬੱਬਰ ਦੇ ਨਾਂ ਤੇ ਰੱਖਿਆ ਗਿਆ ਹੈ ਅਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਸ਼ਹੀਦੀ ਪਰਵਾਨਿਆਂ ਦਾ ਨਾਂ ਸਕੂਲ ਦੀਆਂ ਕੰਧਾਂ ਤੇ ਵੀ ਪ੍ਰਦਰਸ਼ਿਤ ਕੀਤੇ ਗਏ ਹਨ, ਤਾਂ ਕਿ ਆਜ਼ਾਦੀ ਦਾ ਨਿੱਘ ਮਾਨਣ ਵਾਲੇ ਉਹਨਾਂ ਨੂੰ ਹਰ ਵਕਤ ਯਾਦ ਕਰ ਸਕਣ। ਸਕੂਲ ਨੂੰ 4 ਹਿੱਸਿਆਂ ਵਿਚ ਵੰਡ ਕੇ ਹਰ ਇੱਕ ਬਲਾਕ ਦਾ ਨਾਂ ਬਬੇਲੀ ਸਾਕੇ ਦੇ ਸ਼ਹੀਦਾਂ ਦੇ ਨਾਂ ਤੇ ਰੱਖਿਆ ਗਿਆ ਹੈ। ਭਾਈ ਸੁਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲਿਆਂ ਦੇ ਜਥੇ ਨੇ ਕੋਈ 1 ਘੰਟੇ ਤੱਕ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜੀ ਰੱਖਿਆ। ਤੀਸਰੇ ਦਿਨ ਦੇ ਸਮੁੱਚੇ ਪ੍ਰੋਗਰਾਮ ਦੀ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਨੇ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਨਿਭਾਈ। ਸਕੂਲੀ ਬੱਚਿਆਂ ਵੱਲੋਂ ਸ਼ਹੀਦੀ ਸਾਕਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਾਟਕ ਦੇ ਰੂਪ ਵਿਚ ਮੰਚ ਤੋਂ ਪੇਸ਼ ਕੀਤਾ ਗਿਆ। ਬੱਬਰ ਪਰਿਵਾਰਾਂ ਤੋਂ ਹਾਜ਼ਰ ਉਹਨਾਂ ਦੇ ਵਾਰਸਾਂ, ਦਾਨੀ ਵੀਰਾਂ, ਸਹਿਯੋਗੀਆਂ, ਉੱਘੇ ਸਮਾਜ ਸੇਵੀਆਂ, ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਦਾ ਟਰਸਟੀਆਂ ਵੱਲੋਂ ਬਣਦਾ ਮਾਨ ਸਨਮਾਨ ਵੀ ਕੀਤਾ ਗਿਆ। ਇਸ ਸਾਲਾਨਾ ਸਮਾਗਮ ਦੌਰਾਨ ਦੂਰ ਦੂਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ 3 ਦਿਨ ਤੱਕ ਲਗਾਤਾਰ ਹਾਜ਼ਰੀ ਭਰ ਕੇ ਬੱਬਰਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ।
ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਦੌਲਤਪੁਰ ਦੀ ਇਸ ਗੱਲ ਲਈ ਪ੍ਰਸ਼ੰਸਾ ਕੀਤੀ ਕਿ ਇਹ ਟਰੱਸਟ ਹਰ ਸਾਲ ਬੱਬਰਾਂ ਦੀ ਯਾਦ ਵਿੱਚ ਵੱਡਾ ਸ਼ਹੀਦੀ ਸਮਾਗਮ ਕਰਵਾਉਂਦਾ ਹੈ। ਕਹਿਰ ਦੀ ਗਰਮੀ ਵਿੱਚ ਬੱਚਿਆਂ ਵੱਲੋਂ ਕੀਤੀ ਠੰਡੇ ਜਲ ਦੀ ਸੇਵਾ ਹਰ ਕਿਸੇ ਵੱਲੋਂ ਸਰਾਹੀ ਗਈ। ਚਰਚਿਤ ਢਾਡੀ ਸਰੂਪ ਸਿੰਘ ਕੰਡਿਆਣਾ ਵੱਲੋਂ ਬੱਬਰਾਂ ਦੀ ਅਥਾਹ ਕੁਰਬਾਨੀਆਂ ਨੂੰ ਯਾਦ ਕਰਵਾਉਂਦਾ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨੂੰ ਲੋਕ ਚਿਰਾਂ ਤੱਕ ਯਾਦ ਰੱਖਣਗੇ। ਸ਼ਹੀਦੀ ਸਮਾਗਮ ਤੇ ਉਚੇਚੇ ਤੌਰ ਤੇ ਪਹੁੰਚੇ ਸੰਤ ਅਮਰੀਕ ਸਿੰਘ ਜੀ ਮਹਿਤਪੁਰ ਉਲਦਣੀ ਵਾਲਿਆਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਪਹੁੰਚੇ ਹੋਰ ਪਤਵੰਤੇ ਸੱਜਣਾਂ ਵਿੱਚੋਂ ਸਰਦਾਰ ਮਹਿੰਦਰ ਸਿੰਘ ਹੁਸੈਨਪੁਰੀ, ਅਵਤਾਰ ਸਿੰਘ ਗੋਵਿੰਦਪੁਰੀ, ਵਰਿੰਦਰ ਕੌਰ ਥਾਂਦੀ, ਰਾਮ ਸਿੰਘ ਦੁਦਾਲਾ, ਰਘੁਬੀਰ ਸਿੰਘ ਰੱਕੜ ਅਤੇ ਤੇਜਿੰਦਰ ਸਿੰਘ ਰਾਠੌਰ ਦੇ ਨਾਂ ਜ਼ਿਕਰਯੋਗ ਹਨ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਮਾਨ ਸਨਮਾਨ ਕੀਤਾ ਗਿਆ। ਇਸ ਸਮੁੱਚੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਦਿਨ ਰਾਤ ਇੱਕ ਕਰਨ ਵਾਲੀਆਂ ਵਿੱਚ ਪ੍ਰਬੰਧਕੀ ਨਿਰਦੇਸ਼ਕ ਸਰਦਾਰ ਗੁਰਜੀਤ ਸਿੰਘ ਥਾਂਦੀ, ਪ੍ਰਬੰਧਕੀ ਨਿਰਦੇਸ਼ਕ ਸਰਦਾਰ ਕਹਿਰ ਸਿੰਘ ਥਾਂਦੀ ਪ੍ਰਧਾਨ, ਸਰਦਾਰ ਤਰਨਜੀਤ ਸਿੰਘ ਥਾਂਦੀ, ਸਰਦਾਰ ਜਸਵੀਰ ਸਿੰਘ ਥਾਂਦੀ, ਸਰਦਾਰ ਪਰਮਜੀਤ ਸਿੰਘ, ਸਰਦਾਰ ਹਰਪਾਲ ਸਿੰਘ ਸਰਪੰਚ ਦੌਲਤਪੁਰ, ਪ੍ਰਿੰਸੀਪਲ ਰਜਿੰਦਰ ਸਿੰਘ ਪਾਵਨ, ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਪੋਰਟਸ ਕਲੱਬ ਦੌਲਤਪੁਰ ਨੇ ਭਰਪੂਰ ਯੋਗਦਾਨ ਪਾਇਆ।